ਬਿਲਕੁਲ ਨਹੀਂ, ਬਿਲਕੁਲ ਨਹੀਂ ਭੁੱਲਣ ਵਾਲੀ। ਜ਼ਖਮ ਹੀ ਇੰਨੇ ਡੂੰਘੇ ਦਿੱਤੇ ਵੀ ਉਹ ਨਥੂਰ ਬਣ ਚੁੱਕਿਆ, 35 ਸਾਲ ਹੋ ਗਏ ਨੇ, ਅਤੇ ਦਰਦ ਦੇ ਵਿੱਚ ਵਾਧਾ ਤਾਂ ਹੋਇਆ, ਘਟਿਆ ਤਾਂ ਕੋਈ ਹੈ ਨਹੀਂ। ਅਤੇ ਨਾਲੇ ਜਿਨ੍ਹਾਂ ਨੂੰ ਜ਼ਖਮ ਦਿੱਤੇ ਹੋਏ ਨੇ, ਜਿਹੜੇ ਪੀੜਤ ਨੇ, ਜਿਹੜੇ ਜਿਨ੍ਹਾਂ ਨੇ ਕੌਮ ਦਾ ਦਰਦ ਹੰਡਾਇਆ, ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਅਕਾਲ ਦਾ ਤਖ਼ਤ ਢਹਿੰਦਾ ਦੇਖਿਆ ਹੋਵੇ, ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਕਦਰ ਅਪਮਾਨ ਹੁੰਦਾ ਹੋਇਆ ਹੁੰਦਾ ਦੇਖਿਆ ਹੋਵੇ, ਜਿਹਨੇ ਕੌਮ ਦੇ 20ਵੀਂ ਸਦੀ ਦੇ ਮਹਾਨ ਕੌਮੀ ਜਰਨੈਲ ਨੂੰ ਇਸ ਕੌਮ ਦੇ ਲਈ ਕੁਰਬਾਨ ਹੁੰਦਿਆਂ ਦੇਖਿਆ ਹੋਵੇ, ਉਹ ਤਾਂ ਕਦੀ ਵੀ ਨਹੀਂ ਭੁਲਾ ਸਕਦੇ। ਸਾਰਾ ਸੰਤਾਪ ਅਸੀਂ ਆਪਣੇ ਪਿੰਡੇ 'ਤੇ ਹੰਡਾਇਆ, ਦਰਦ ਹੰਡਾਇਆ, ਕੌਮ ਨੂੰ ਇੰਨਾ ਜ਼ਿਆਦਾ ਇੰਨੇ ਡੂੰਘੇ ਜ਼ਖਮ ਦਿੱਤੇ ਨੇ ਜ਼ਾਲਮ ਨੇ, ਵੀ ਸਾਡੀ ਕੌਮ ਇਹ ਵੀ ਨਹੀਂ ਅਜੇ ਤੱਕ ਸਮਝ ਸਕੀ ਵੀ ਦਰਦ ਆ ਕਿਹੜੇ ਪਾਸਿਓਂ ਰਿਹਾ, ਤਾਰਾਂ ਕਿੱਥੇ ਜੁੜੀਆਂ ਹੋਈਆਂ ਨੇ। ਅਤੇ ਜਿੰਨੀ ਦੇਰ ਤੱਕ ਉਹ ਤਾਰਾਂ ਜਿਹੜੀਆਂ ਦੁਸ਼ਮਣ ਦੇ ਨਾਲ ਜਿਹੜੀਆਂ ਜੁੜ ਕੇ ਕੰਮ ਕਰ ਰਹੀਆਂ ਨੇ, ਕੌਮ ਦੇ ਦਰਦ 'ਚ ਵਾਧਾ ਕਰ ਰਹੀਆਂ ਨੇ, ਜਿੰਨੀ ਦੇਰ ਤੱਕ ਉਹ ਤਾਰਾਂ ਨਹੀਂ ਕੱਟੀਆਂ ਜਾਂਦੀਆਂ ਉੱਨੀ ਦੇਰ ਤੱਕ ਕੌਮ ਦਾ ਦਰਦ ਨਹੀਂ ਕੱਟਣਾ। ਤਾਂ ਮੇਰੀ ਇੱਕ ਬੇਨਤੀ ਆ, ਅੱਜ 35 ਸਾਲ ਹੋ ਗਏ ਨੇ ਇਸ ਘੱਲੂਘਾਰੇ ਨੂੰ ਵਾਪਰੇ ਨੂੰ, ਪਰ ਕੌਮ ਦੇ ਵਿੱਚ ਦਿਨ ਬ ਦਿਨ ਵੱਧਦਾ ਜਾ ਰਿਹਾ ਨਿਘਾਰ ਜਿਹੜਾ ਉਹ ਬਹੁਤ ਜ਼ਿਆਦਾ। ਮੈਂ ਅੱਜ ਸੁਣਿਆ ਵੀ ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅੱਜ 1 ਮਿੰਟ ਜਿਹੜਾ ਸਟੇਜ ਦੇ ਉੱਤੋਂ ਇਹ ਗੱਲ ਕਹੀ ਆ ਵੀ ਕੌਮ ਦੀ ਜਵਾਨੀ ਜਿਹੜੀ ਉਹ ਵਿਦੇਸ਼ਾਂ 'ਚ ਭੱਜੀ ਜਾ ਰਹੀ ਆ ਅਤੇ ਉਹਨੂੰ ਰੋਕਣ ਦੀ ਲੋੜ ਹੈ। ਅਤੇ ਜੇ ਵਾਕਿਆ ਉਹ ਕੌਮ ਦੀ ਜਵਾਨੀ ਨੂੰ ਰੋਕਣਾ ਚਾਹੁੰਦੇ ਨੇ ਬਾਹਰ ਵਿਦੇਸ਼ਾਂ 'ਚ ਜਾਣ ਤੋਂ, ਅਤੇ ਜਿਸ ਸਰਕਾਰ ਦੇ ਨਾਲ ਉਹਨਾਂ ਦੀ ਭਾਈਵਾਲੀ ਚੱਲ ਰਹੀ ਹੈ, ਜਿਸ ਸਰਕਾਰ ਦੇ ਲਿਫਾਫੇ 'ਚੋਂ ਨਿਕਲ ਕੇ ਉਹ ਅਕਾਲ ਤਖ਼ਤ ਦੇ ਉੱਤੇ ਬਤੌਰ ਇੱਕ ਜਥੇਦਾਰ ਸੇਵਾ ਨਿਭਾ ਰਹੇ ਨੇ, ਅਤੇ ਉਸ ਸਰਕਾਰ ਦੇ ਜਿਹੜੇ ਰਹੇ ਸਾਬਕਾ CM ਅਤੇ ਉਹਦੇ ਕੋਲੋਂ ਫਖਰੇ ਕੌਮ ਐਵਾਰਡ ਵਾਪਸ ਲੈਣ, ਅਤੇ ਤਾਂ ਕਿ ਕੌਮ ਦੇ ਦਰਦ ਦੇ ਵਿੱਚ ਜਿਹੜਾ ਹੈ ਉਹ ਥੋੜ੍ਹਾ ਰਿਲੀਫ ਮਿਲੇ ਕੌਮ ਨੂੰ ਅਤੇ ਦਰਦ ਘਟੇ, ਤਾਂ ਇਹ ਜ਼ਿਆਦਾ ਜ਼ਰੂਰੀ ਹੈਗਾ। ਇੱਦਾਂ ਗੱਲਾਂ ਬਾਤਾਂ ਕਰਨ ਦੇ ਨਾਲ ਕੌਮ ਦਾ ਦਰਦ ਨਹੀਂ ਘਟਣਾ। ਜੋ ਗੁੰਡਾਗਰਦੀ ਅਤੇ ਜੋ ਬੁਰਸ਼ਾਗਰਦੀ ਇੱਥੇ ਕਰਾਉਂਦੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਰਲ ਕੇ, ਅਤੇ ਜਿੰਨਾ ਦਰਦ ਸਗੋਂ ਘਟਾਉਣ ਦੀ ਬਜਾਏ ਸਾਨੂੰ ਹੋਰ ਸ਼ਹੀਦ ਪਰਿਵਾਰਾਂ ਨੂੰ ਦਰਦ ਦੇ ਕੇ ਭੇਜਦੇ ਨੇ, ਇੱਦਾਂ ਦਰਦ ਨਹੀਂ ਘਟਣਾ। ਅਤੇ ਨਾ ਹੀ ਜਥੇਦਾਰ ਦੇ ਕਹਿਣ ਦੇ ਇੰਨੀ ਗੱਲ ਕਹਿਣ ਦੇ ਨਾਲ ਕੌਮ ਦੇ ਦਾ ਕੋਈ ਭਲਾ ਹੋਣਾ। ਅਤੇ ਜੇ ਵਾਕਿਆ ਹੀ ਭਲਾ ਚਾਹੁੰਦੇ ਨੇ ਤਾਂ ਫਿਰ ਫਖਰੇ ਕੌਮ ਐਵਾਰਡ ਵਾਪਸ ਲੈਣ ਬਾਦਲ ਦੇ ਕੋਲੋਂ, ਅਜੇ ਹੋਰ ਕੀ ਚਾਹੁੰਦੇ ਨੇ? ਹੁਣ ਹੁਣ ਤਾਂ ਸਭ ਕੁਛ ਹੀ ਨੰਗਾ ਹੋ ਗਿਆ। ਜਿੰਨਾ ਕੌਮ ਦਾ ਨੁਕਸਾਨ ਇਸ ਪਰਿਵਾਰ ਨੇ ਕੀਤਾ, ਇਹ ਪਿਓ ਪੁੱਤ ਦਾ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਕੇ ਰਹਿ ਗਿਆ ਅਕਾਲੀ ਦਲ, ਅਤੇ ਇਹਨਾਂ ਨੂੰ ਜਿੰਨੀ ਦੇਰ ਤੱਕ ਅਕਾਲੀ ਦਲ ਨੂੰ ਬਾਦਲ ਮੁਕਤ ਨਹੀਂ ਕਰਦੇ ਉੱਨੀ ਦੇਰ ਤੱਕ ਕੌਮ ਦਾ ਭਲਾ ਨਹੀਂ ਹੋਣਾ।